ਸਲਾਮ ਅਲੈਕਮ ਜਨਾਬ, ਮੈਂ ਤਾਂਦਲਾ ਮੰਡੀ ਤੋਂ ਹੁਣੇ ਹੁਣੇ ਆਇਆ ਅਤੇ ਮੈਂ ਕਮੈਂਟ ਮੈਂ ਵੇਖ ਰਿਹਾ ਸਾਂ, ਉਹ ਹਾਲੇ ਵੀ ਉਹ ਦੇਖੋ ਸਾਹਮਣੇ ਜੀ, ਖੱਚਰ ਕੀ ਵੀਡੀਓ ਵੀ ਦਿਖਾਏ, ਖੱਚਰ ਵੀ ਦਿਖਾਏ ਕਰੇ ਅਯਾਨ ਅਯਾਨ ਰਾਜਾ। ਲਓ ਜਨਾਬ, ਅਯਾਨ ਰਾਜਾ ਸਾਹਿਬ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ, ਤੁਹਾਡੇ ਮਾਂ ਬਾਪ ਨੂੰ ਲੰਬੀ ਜ਼ਿੰਦਗੀ ਅਤਾ ਕਰੇ ਅਤੇ ਤੁਹਾਨੂੰ ਉਹਨਾਂ ਦਾ ਪਰਮਾ ਬਰਦਾਰ ਬਣਾਵੇ। ਮੇਰੇ ਸਾਰੇ ਵੀਰਾਂ ਦੇ ਮਾਂ ਬਾਪ ਨੂੰ ਅੱਲਾ ਖੁਸ਼ ਰੱਖੇ, ਆਬਾਦ ਰੱਖੇ ਅਤੇ ਜੋੜੀਆਂ ਜਨਾਬ ਸਲਾਮਤ ਰਹਿਣ ਤੁਹਾਡੀਆਂ, ਅਤੇ ਜਿੱਥੇ ਜਿੱਥੇ ਤੁਸੀਂ ਜੇ, ਅੱਲਾ ਪਾਕ ਤੁਹਾਨੂੰ ਤੁਹਾਡੇ ਵੱਲੋਂ ਠੰਡੀਆਂ ਹਵਾਵਾਂ ਮਾਂ ਪਿਓ ਨੂੰ ਆਵਣ, ਤੁਹਾਡੇ ਵੱਲੋਂ ਤੁਹਾਡੇ ਬੱਚਿਆਂ ਨੂੰ ਠੰਡੀਆਂ ਹਵਾਵਾਂ ਜਾਵਣ। ਅਤੇ ਲਓ ਜਨਾਬ, ਖੱਚਰ ਦੀ ਵੀਡੀਓ ਜਨਾਬ ਤੁਹਾਡੇ ਵਾਸਤੇ ਪੇਸ਼ੇ ਖਿਦਮਤ ਹੈ ਜਨਾਬ। ਲਓ ਜਨਾਬ, ਅਸਲਾਮ ਅਲੈਕਮ ਜੀ, ਅੱਜ ਅਸੀਂ ਵਿਜ਼ਿਟ ਕਰ ਰਹੇ ਜਨਾਬ ਤਾਂਦਲਾ ਮੰਡੀ ਦਾ, ਔਰ ਤੁਹਾਨੂੰ ਅਸੀਂ ਇੱਥੇ ਦਿਖਾਵਾਂਗੇ ਅੱਛੀ ਨਸਲ ਦੀਆਂ ਖੱਚਰਾਂ ਜਿਹੜੀਆਂ ਨੇ, ਔਰ ਅੱਛੀ ਨਸਲ ਦੇ ਜਿਹੜੇ ਨੇ ਵਿੱਚ ਕੋਤੇ ਵੀ ਤੁਹਾਨੂੰ ਵਿਖਾ ਦਿਆਂਗੇ, ਤਾਂ ਕਿ ਅਗਰ ਤੁਸੀਂ ਕੋਈ ਖਰੀਦਦਾਰ ਮੇਰਾ ਵੀਰ ਹੋਵੇ ਤਾਂ ਉਹ ਤੁਹਾਡੇ ਨਾਲ ਰਾਬਤਾ ਕਰ ਸਕੇ। ਅਤੇ ਚਲੋ ਜੀ, ਮਜ਼ੀਦ ਜਿਹੜਾ ਹੈਗਾ ਤੁਹਾਨੂੰ ਅਸੀਂ ਇਹ ਖੱਚਰਾਂ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ, ਔਰ ਆਇੰਦਾ ਤੋਂ ਵੀ ਅਸੀਂ ਇਨਸ਼ਾਅੱਲਾ ਤਾਲਾ ਇਹ ਵਿਜ਼ਿਟ ਕਰਦੇ ਰਹਾਂਗੇ, ਤਾਂ ਕਿ ਇਹਨਾਂ ਦੇ ਜਿਹੜੇ ਰੇਟਸ ਵਗੈਰਾ ਨੇ ਉਹ ਕਮ ਸੇ ਕਮ ਤੁਹਾਨੂੰ ਪਤਾ ਲੱਗ ਜਾਵੇ। ਕਿਉਂਕਿ ਜ਼ਿਆਦਾਤਰ ਲੋਕ ਕੋਲ ਇਹ ਕਹਿੰਦੇ ਨੇ ਜੀ, ਸਾਡੇ ਕੋਲ ਮੋਬਾਈਲ ਕੋਲ ਨਹੀਂ, ਸਾਡੇ ਕੋਲ ਫਲਾਣਾ ਨੰਬਰ ਬੰਦ ਹੈ, ਜਾਂ ਆਪਣੀ ਆਪਣੀ ਤਜਵੀਜ਼ ਜਿਹੜੀ ਉਹ ਦਿੰਦੇ ਨੇ, ਲੇਕਿਨ ਅਸੀਂ ਕਮ ਸੇ ਕਮ ਤੁਹਾਨੂੰ ਇਸ ਚੈਨਲ ਦੇ ਉੱਪਰ ਇਹ ਤੁਹਾਨੂੰ ਜ਼ਰੂਰ ਦੱਸ ਸਕਦੇ ਹਾਂ ਕਿ ਜਨਾਬ ਇੱਥੇ ਖੱਚਰ ਮੌਜੂਦ ਹੈ, ਔਰ ਅਗਰ ਤੁਸੀਂ ਖੱਚਰ ਦੇ ਖੁਆਹਿਸ਼ਮੰਦ ਜੇ ਅਗਰ ਲੈਣਾ ਚਾਹੁੰਦੇ ਜੇ, ਤਾਂ ਫਿਰ ਤੁਹਾਨੂੰ ਇੱਥੋਂ ਮਿਲ ਵੀ ਸਕਦੀ ਹੈ। ਤਾਂਦਲਾ ਮੰਡੀ ਪਾਕਿਸਤਾਨ ਦੇ ਵਿੱਚ ਸਭ ਨਾਲੋਂ ਮਸ਼ਹੂਰ ਔਰ ਪੁਰਾਣੀ ਮੰਡੀ ਹੈ, ਜਿਹੜੀ ਕਿ ਇੱਥੇ ਖੱਚਰਾਂ ਵਾਸਤੇ ਔਰ ਖੋਤਿਆਂ ਵਾਸਤੇ ਇਹ ਜੀ ਮਸ਼ਹੂਰ ਹੈ। ਅਤੇ ਇੱਥੇ ਮਾਸ਼ਾਅੱਲਾ ਅੱਛੀ ਨਸਲ ਦੀਆਂ ਖੱਚਰਾਂ ਔਰ ਕਾਫੀ ਹਾਈਟ ਵਾਲੀਆਂ ਖੱਚਰਾਂ ਜਿਹੜੀਆਂ ਨੇ ਉਹ ਜਨਾਬ ਤੁਹਾਨੂੰ ਮਿਲ ਸਕਦੀਆਂ ਨੇ, ਅਗਰ ਤੁਸੀਂ ਇੱਥੇ ਵਿਜ਼ਿਟ ਕਰਨਾ ਚਾਹੋ ਤਾਂ। ਖੱਚਰਾਂ ਤੁਹਾਡੀਆਂ ਨੇਗੀਆਂ ਨਾ, ਕਿ ਤੁਸੀਂ ਖਰੀਦਦਾਰ ਜੇ? ਇਹਨਾਂ ਤੁਹਾਡਾ ਨਾਮ ਕੀ ਹੈਗਾ ਜੇ? ਮੁਹੰਮਦ ਅਕਰਮ। ਮੁਹੰਮਦ ਅਕਰਮ ਸਾਹਿਬ, ਤੁਸੀਂ ਕਿੰਨੀ ਦੇਰ ਦੇ ਇੱਥੇ ਸੇਲਰ ਹੈਗੇ ਜੇ? ਸਾਲ ਹੋ ਗਏ। ਅੱਛਾ ਮੁਹੰਮਦ ਅਕਰਮ, ਇਹ ਤੁਹਾਡੀਆਂ ਖੱਚਰਾਂ ਨੇ ਕਿੰਨੇ ਕਿੰਨੇ ਦੀ ਆ ਖੱਚਰ ਜਿਹੜੀ ਉਰੇ ਖੜੀ ਜਾਂਦੀ? ਉਮਰ ਪਹਿਲੇ ਦੱਸੋ, ਇਹਦੀ ਉਮਰ ਕੀ ਹੈ? 5 ਸਾਲ। ਕਦ ਮੇਰੇ ਖਿਆਲ 7 ਤੋਂ ਵੀ ਉੱਤੇ ਹੋਣਾ। ਉੱਤੇ ਕਿੰਨੇ ਪੈਸੇ ਮੰਗ ਰਹੇ? 2 ਲੱਖ 2 ਲੱਖ। ਅਤੇ ਉਹ ਨਾਲ ਦੀ ਪਰੇ ਜਿਹੜੀ ਖੜੋਤੀ, ਉਹਦਾ ਵੀ 2 ਲੱਖ ਰੁਪਈਆ। ਲਓ ਮੁਹੰਮਦ ਅਕਰਮ ਸਾਹਿਬ, ਬਹੁਤ ਮਿਹਰਬਾਨੀ, ਤੁਸੀਂ ਆਪਣਾ ਫੋਨ ਜਿਹੜਾ ਨਾ ਉਹ ਠੀਕ ਕਰਾਓ। ਲਓ ਜਨਾਬ, ਹੋਰ ਵਿਜ਼ਿਟ ਕਰਨੇ ਆ ਜੀ, ਅਤੇ ਤੁਹਾਨੂੰ ਖੱਚਰਾਂ ਤੁਹਾਨੂੰ ਦਿਖਾਉਣੇ। ਇਸ ਸਾਈਡ ਦੇ ਉੱਤੇ ਵੀ ਕਾਫੀ ਖੱਚਰਾਂ ਖੜੀਆਂ ਨੇ, ਇਹ ਦੇਖੋ ਬੱਚੇ ਵੀ ਜਿਹੜੇ ਨੇ ਸੇਲ ਆਊਟ ਕਰਨ ਵਾਸਤੇ ਲੈ ਕੇ ਆਏ ਨੇ। ਕਿੰਨੇ ਦੀ ਹੈ? ਕਿੰਨੇ ਦੀ ਹੈ? ਹਾਂ, ਹੋਰ ਕੀ? ਲਓ ਜਨਾਬ, ਇਹ ਵੀ ਖੱਚਰਾਂ ਖੜਾ ਜੇ, ਇਹ ਵੀ ਖੱਚਰ ਖੜੀ ਜੇ। ਕਿੰਨੇ ਕਿੰਨੇ ਦੀ ਹੈ? ਤੇਰੀ? ਹਾਂਜੀ। ਕਿੰਨੇ ਦੀ? ਇਹਦਾ 2 ਲੱਖ ਰੁਪਈਆ। 2 ਲੱਖ ਰੁਪਈਆ? ਬੱਲਾ! ਅਤੇ ਉਮਰ ਇਹਦੀ ਕਿੰਨੀ ਕੁ ਹੈਗੀ? ਉਮਰ ਕਿੰਨੀ ਕੁ ਹੈ? 5 ਸਾਲ। ਉਮਰ ਇਹਦੀ 5 ਸਾਲ ਹੈ। ਨੰਬਰ ਹੈਗਾ ਜੀ? ਕੀ ਨੰਬਰ ਹੈ? 0306 0111 49 41 ਨਾਮ ਤੇਰਾ ਕੀ ਹੈ? ਪਿੰਡ ਕਿਹੜਾ? ਤੇ ਤੇਰੇ ਕੋਲ 2 ਖੱਚਰਾਂ ਨੇ? ਇਹ ਵੀ ਹੈ? ਅੱਛਾ, ਇਹਦੇ ਕਿੰਨੇ ਪੈਸੇ ਨੇ? ਇਹਦਾ 2 ਲੱਖ। ਇਹਦਾ 2 ਲੱਖ? ਤੇ ਨੰਬਰ ਤੇਰੇ ਵਾਲਾ ਹੀ ਹੈ? ਹਾਂਜੀ, ਉਹ ਭਾਈ ਦੀ ਹੈ, ਨਾਰੋ ਵਾਲਾ। ਅੱਛਾ, ਲਓ ਜੀ, ਨਾਰੋ ਵਾਲਾ ਹੈ ਜਨਾਬ। ਖੱਚਰਾਂ 2 ਹੈਗੀਆਂ ਨੇ ਜਨਾਬ, ਅਸੀਂ ਵਿਜ਼ਿਟ ਕਰਾ ਰਹੇ ਹਾਂ ਜੀ ਤੁਹਾਨੂੰ ਤਾਂਦਲਾ ਮੰਡੀ ਦਾ। ਅਤੇ ਮਾਸ਼ਾਅੱਲਾ ਦੇਖੋ, ਸੌਦੇ ਸੁਦੇ ਵੀ ਹੋ ਰਹੇ ਨੇ, ਲੋਕ ਇੱਥੇ ਜਿਹੜੇ ਮੰਡੀਆਂ ਦੇ ਵਿੱਚ ਖਰੀਦਦਾਰ ਵੀ ਆਉਂਦੇ ਨੇ, ਲੈਣ ਵਾਲੇ ਵੀ ਆਉਂਦੇ ਨੇ। ਜੇ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਤੁਸੀਂ ਮੰਡੀ ਦਾ ਵਿਜ਼ਿਟ ਜਨਾਬ ਕਰ ਸਕਦੇ ਜੇ। ਲਓ ਜਨਾਬ, ਮਜ਼ੀਦ ਤੁਹਾਨੂੰ ਹੋਰ ਖੱਚਰੀਆਂ ਅਸੀਂ ਅਤੇ ਦਿਖਾਉਣੇ ਆ। ਵੀਰ ਜੀ, ਕਿੰਨੇ ਪੈਸੇ ਨੇ? 2 ਲੱਖ। 2 ਲੱਖ? ਅਤੇ ਉਮਰ ਕਿੰਨੀ ਕੁ ਹੈਗੀ? ਉਮਰ ਖੀਰੀ। ਅਤੇ ਉਹ ਪਰਲੀ? ਉਹ ਵੀ ਖੀਰੀ। 2 ਲੱਖ ਰੇੜੇ 'ਚ ਲੱਗੀਆਂ ਹੋਈਆਂ ਨੇ। ਅਤੇ ਨੰਬਰ ਹੈਗਾ ਆਪਣਾ? ਕੀ ਨੰਬਰ ਜੀ? ਅਸੀਂ ਖੱਚਰੀ ਦੇ ਅੱਗੇ ਆਉਂਦਾ। ਕੀ ਨੰਬਰ ਜੀ? 0344 42 310 98 ਪੈਣ। ਅਤੇ ਨਾਂ ਕੀ ਤੁਹਾਡਾ? ਨੂਰ ਮੁਹੰਮਦ। ਨੂਰ ਮੁਹੰਮਦ ਕਿਹੜੇ ਇਲਾਕੇ 'ਚੋਂ? ਖੁਰੜਿਆਂ ਵਾਲੇ 'ਚੋਂ। ਲਓ ਜੀ, ਇਹ ਸਾਡੇ ਨਾਲ ਸੀ ਨੂਰ ਮੁਹੰਮਦ, ਅਤੇ ਖੱਚਰੀਆਂ ਇਹਨਾਂ ਦੇ ਕੋਲ 2 ਲੱਖ ਰੁਪਇਆ ਡਿਮਾਂਡ ਜਨਾਬ ਇਹਨਾਂ ਦੀ ਕਰਦੇ ਨੇ। ਅਤੇ ਲਓ ਜੀ, ਮੇਰੇ ਦੋਸਤ ਜਿਹੜੇ ਖੱਚਰੀਆਂ ਖਰੀਦਣੇ ਦੇ ਖੁਆਹਿਸ਼ਮੰਦ ਨੇ, ਉਹ ਜਨਾਬ ਮੰਡੀ ਤਾਂਦਲਾ ਮੰਡੀ ਦਾ ਵਿਜ਼ਿਟ ਕਰ ਸਕਦੇ ਨੇ ਜਨਾਬ। ਅਤੇ ਮਜ਼ੀਦ ਜਿਹੜਾ ਉਹ ਤੁਹਾਨੂੰ ਅਸੀਂ ਦਿਖਾਉਣੇ ਆ, ਇੱਥੇ ਖੱਚਰੀਆਂ ਦੀ ਕਾਫੀ ਤਾਦਾਦ ਜਿਹੜੀ ਹੈ ਇੱਥੇ ਹੈ।
और इन्दे विच तुसी खरीद सकदे जे हर नसल की हर रंग की जनाब इत्थे खचरी जनाब मौजूद है तुसी ये जनाब लै सकदे जे ते ये किन्ने पैसे यार खचरी दे किन्ने पैसे चलो कोई गल भाई जो तुसी मेरे मगर फिरना जे किन्ने पैसे किन्ने पैसे लाख रुपये दी किन्नी उम्र इंदी की नाँ की तेरा अला यार नंबर मोबाइल है ही नहीं है तो केड़े पिंड दा अला यार डर गया उरा तां केड़े पिंड दा बंगले गुजारे तो ठीक हो गया। लो जी वीडियो चंगी लगी हुई तो लाइक एंड शेयर ज़रूर कीजिएगा और कमेंट में मुझे आपने बताना है कि वीडियो आपको किस तरह की लगी। मज़ीद इंशाल्लाह अपडेट्स के लिए हमारे चैनल को आप सब्सक्राइब कर लें। इजाज़त चाहता हूँ जी फ़ी मानुल्लाह।